ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਪਰ ਦਸ਼ਕੋ ਅੱਜ ਸੁੱਖੇ ਜਿੰਦੇ ਦਾ ਸ਼ਹੀਦੀ ਦਿਹਾੜਾ ਹੈ, 27ਵੀਂ ਸ਼ਹੀਦੀ ਬਰਸੀ ਹੈ, ਜਿਨ੍ਹਾਂ ਨੇ ਕੌਮ ਦੀ ਡਿੱਗੀ ਪੱਗ ਕੌਮ ਦੇ ਸਿਰ ਦੇ ਉੱਤੇ ਰੱਖੀ। ਸਮੇਂ ਸਮੇਂ ਯੋਧੇ ਜਿਹੜੇ ਆ ਅਕਾਲ ਪੁਰਖ ਭੇਜ ਦਿੰਦਾ ਹੈ ਜ਼ੁਲਮ ਅਤੇ ਜ਼ਲਮ ਦਾ ਮੁਕਾਬਲਾ ਕਰਨ ਦੇ ਵਾਸਤੇ। ਸਿਰਫ ਇਹ ਜਿਹੜੇ ਯੋਧੇ ਆ ਇਹਨਾਂ ਦੀ ਸੋਚ, ਇਹਨਾਂ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ। ਮਾਨਸਤੀ ਜਾਤ ਸਭੇ ਕੀ ਪਛਾਣ, ਉਹ ਸਾਰਿਆਂ ਨੂੰ ਪਿਆਰ ਕਰਦੇ ਹਨ। ਪਰ ਸਿਆਣੇ ਕਹਿੰਦੇ ਆ ਜਦੋਂ ਪਾਣੀ ਸਿਰ ਦੇ ਉੱਤੋਂ ਦੀ ਲੰਘ ਜਾਵੇ ਤਾਂ ਬਾਜ ਵਾਲਿਆਂ ਨੇ ਕਿਹਾ ਜਦੋਂ ਸਾਰੇ ਹੀਲੇ ਗੁਜ਼ਰ ਜਾਣ, ਧੱਕਾ ਜ਼ਿਆਦਾ ਹੋਵੇ ਅਤੇ ਮਿਆਨ ਦੇ ਵਿੱਚੋਂ ਕਿਰਪਾਨ ਖਿੱਚਣੀ, ਇਹ ਜਿਹੜੀ ਆ ਇਹ ਜ਼ਰੂਰੀ ਆ ਜ਼ੁਲਮ ਅਤੇ ਜ਼ਲਮ ਦੀ ਰਾਖੀ ਕਰਨੀ। ਯੋਧਿਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ। ਜਿੰਨੇ ਵੀ ਇਹ ਧੱਕੇਸ਼ਾਹੀ ਕਰਨ ਵਾਲੇ, ਪੰਜਾਬ ਨੂੰ ਲੁੱਟਣ ਵਾਲੇ, ਇਹ ਪੰਜਾਬ ਦੇ ਵਿੱਚੋਂ ਦੀ ਇੰਟਰ ਹੁੰਦੇ ਰਹੇ ਅਤੇ ਪੰਜਾਬੀਆਂ ਨੇ ਛਾਤੀ ਡਾਕ ਇਹਨਾਂ ਦਾ ਮੁਕਾਬਲਾ ਕੀਤਾ। ਧੀਆਂ ਭੈਣਾਂ ਨੂੰ ਨਾਲ ਨਿਲੜ ਕੇ ਗਜਨਵੀ ਦੇ ਬਾਜ਼ਾਰਾਂ ਦੇ ਵਿੱਚ, ਬਸਰੇ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦਾ ਮੁੱਲ ਪੈਂਦਾ ਸੀ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਉਹਨਾਂ ਨੂੰ ਛਡਾ ਕੇ ਨਹੀਂ ਲਿਆਉਂਦੀਆਂ, ਧੀਆਂ ਭੈਣਾਂ ਉਹਨਾਂ ਨੂੰ ਛਡਾ ਕੇ ਅਤੇ ਘਰੋ ਘਰੀ ਵਾਪਸ ਕਰਦੀਆਂ ਸੀ। ਅਤੇ ਜਿੰਦੇ ਸੁੱਖੇ ਨੇ ਵੀ ਇਹਨਾਂ ਦਾ ਕੋਈ ਜਾਤੀ ਵੈਰ ਨਹੀਂ ਸੀ। ਜਿਹੜਾ ਜ਼ੁਲਮ ਕਰਦਾ ਹੈ ਜ਼ਾਲਮ ਅਤੇ ਜ਼ੁਲਮ ਨੂੰ ਸੋਧਦੇ ਹਨ ਸਿੰਘ। ਸੋ ਪਿਆਰੇ ਦਰਸ਼ਕੋ, ਸਾਡੇ ਨਾਲ ਅੱਜ ਬਹੁਤ ਹੀ ਸਾਡੇ ਸਤਿਕਾਰਯੋਗ ਵੀਰ ਪੰਥ ਕੌਮ ਦੀ ਸ਼ਾਨ ਹਨ, ਪੀਰ ਮੁਹੰਮਦ ਜੀ, ਜਿਹੜੇ ਕਿ ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ, ਕੋਈ ਮਸਲਾ ਹੋਵੇ, ਗਾੜੀ ਛਾਤੀ ਡਾ ਕੇ ਖਲੋ ਜਾਂਦੇ ਹਨ ਹਰ ਇੱਕ ਟਾਈਮ ਦੇ ਉੱਤੇ, ਜਿਹੜੇ ਆ ਪਹੁੰਚਦੇ ਆ। ਪੰਥ ਦੇ ਦਰਦੀ ਹਨ ਛੋਟੇ ਵੀਰ, ਉਹ ਸਾਡੇ ਨਾਲ ਜੁੜੇ ਹਨ ਅਤੇ ਆਓ ਉਹਨਾਂ ਦੇ ਨਾਲ ਰੂਬਰੂ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਛੋਟੇ ਵੀਰ ਪੀਰ ਮੁਹੰਮਦ ਸਾਹਿਬ ਜੀ, ਤੁਹਾਡਾ ਸਿੱਖ ਚੈਨਲ ਦੇ ਸਟੂਡੀਓ ਵਿੱਚ ਧੰਨਵਾਦ ਹੈ ਅਤੇ ਇਸ ਵਕਤ ਤੁਹਾਨੂੰ ਸਾਰੇ ਹੀ ਵਰਲਡ ਦੇ ਵਿੱਚ ਸਿੱਖ ਚੈਨਲ ਦੀ ਅੱਖ ਦੇ ਨਾਲ ਸੁਣਿਆ ਜਾ ਰਿਹਾ ਹੈ ਅਤੇ ਅੱਜ ਬਹੁਤ ਹੀ ਮਹਾਨ ਸ਼ਹੀਦ ਸੁੱਖਾ ਅਤੇ ਜਿੰਦਾ ਦਾ ਸ਼ਹੀਦੀ 27ਵੀਂ ਸ਼ਹੀਦੀ ਬਰਸੀ ਹੈ, ਜਿੰਨਾ ਕੌਮ ਦੀ ਡਿੱਗੀ ਪੱਗ ਜਿਹੜੀ ਆ ਸਿਰ ਦੇ ਉੱਤੇ ਰੱਖੀ। ਅੱਜ ਪਿੰਡ ਗਦਲੀ ਦੇ ਵਿੱਚ ਵੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ। ਦਾਸ ਵੀ ਨਾਲ ਹੀ ਪਿੰਡ ਹੈ ਦਾਸ ਦਾ, ਬੜੀ ਵਾਰੀ ਗਦਲੀ ਉਹਨਾਂ ਦੇ ਮਾਤਾ ਜੀ ਜਿਹੜੇ ਚੜ੍ਹਾਈ ਕਰ ਗਏ ਹਨ ਉਹਨਾਂ ਨੇ ਸੱਦਿਆ ਪ੍ਰੋਗਰਾਮ ਦੇ ਉੱਤੇ। ਅਤੇ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਜਿਹੜੇ ਆ ਅੰਮ੍ਰਿਤਸਰ ਭੋਗ ਪਾਏ ਗਏ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਤੁਸੀਂ ਨੌਜਵਾਨ ਜੇ ਉਹਨਾਂ ਨੂੰ ਬੜਾ ਨੇੜੇ ਹੋ ਕੇ ਤੁਸੀਂ ਵੇਖਿਆ, ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦਿਹਾੜੇ ਦੇ ਉੱਤੇ? ਦੇਖੋ ਜੀ, ਕੌਮ ਦੇ ਸ਼ਹੀਦ ਜਿਹੜੇ ਹੁੰਦੇ ਨੇ ਸਰਮਾਇਆ ਹੁੰਦੇ ਨੇ, ਔਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦੀ ਬੜੀ ਲੰਮੀ ਕਤਾਰ ਏ। ਲੇਕਿਨ ਉਹਨਾਂ ਦੇ ਵਿੱਚੋਂ ਇਹ ਜਿਹੜੇ ਸੂਰਬੀਰ ਯੋਧੇ ਨੇ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ, ਇਹ ਉਹ ਮਹਾਨ ਯੋਧੇ ਨੇ, ਕੁਰਬਾਨੀ ਦੇ ਪੁੰਜ ਨੇ, ਔਰ ਜਿਨ੍ਹਾਂ ਨੇ ਅਣਖ ਗੈਰਤ ਨੂੰ ਕਾਇਮ ਰੱਖਦਿਆਂ ਹੋਇਆ ਸਿੱਖ ਕੌਮ ਦੀ ਨੂੰ ਏਡੀ ਵੱਡੀ ਸ਼ਹਾਦਤ ਦਿੱਤੀ ਔਰ ਮਿੱਥ ਕੇ ਸ਼ਹਾਦਤ ਦਿੱਤੀ। ਜਦੋਂ ਇਹ ਦਿਨ 9 ਅਕਤੂਬਰ ਦਾ ਆਉਂਦਾ ਹੈ ਤੇ ਉਹ ਅੱਖਾਂ ਦੇ ਸਾਹਮਣੇ ਸਾਰਾ ਸੀਨ ਆ ਜਾਂਦਾ ਹੈ ਕਿ ਕਿਵੇਂ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕੀਤਾ, ਕਿਵੇਂ ਉਹਨਾਂ ਨੇ ਇੱਕ ਇੱਕ ਸੇਬ ਖਾਧਾ ਤੇ ਕਿਵੇਂ ਥੋੜਾ ਦਹੀਂ ਖਾ ਕੇ, ਔਰ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣ ਲਈ ਫਾਂਸੀ ਦੇ ਫੰਦੇ ਨੂੰ ਚੁੰਮਿਆ। ਇਹ ਉਹ ਮਹਾਨ ਜਿਗਰੀ ਵਾਲੇ ਸਿੰਘ ਸਨ ਜਿਨ੍ਹਾਂ ਦੀ ਕੁਰਬਾਨੀ ਦੀ ਰੋਸ਼ਨੀ ਦੇ ਵਿੱਚ ਅੱਜ ਸਿੱਖ ਕੌਮ ਫਖਰ ਮਹਿਸੂਸ ਕਰਦਾ ਹੈ। ਅੱਜ ਅੰਮ੍ਰਿਤ ਵੇਲੇ ਜਦੋਂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਸੀ ਤੇ ਉਸ ਵਕਤ ਮਨ ਦੇ ਵਿੱਚ ਉਹੋ ਹੀ ਸਾਰੇ ਵਲਵਲੇ, ਉਹ ਸਾਰਾ ਸੀਨ ਆ ਰਿਹਾ ਸੀ ਕਿ ਇਹ ਉਹ ਕੁਰਬਾਨੀ ਦੇ ਪੁੰਜ ਮਹਾਨ ਯੋਧੇ ਨੇ, ਜੇਕਰ ਇਹ ਕੁਰਬਾਨੀ ਨਾ ਕਰਦੇ ਤਾਂ ਅੱਜ ਜਿਹੜੀ ਤਵਾਰੀਖ ਦੇ ਵਿੱਚ ਸਿੱਖ ਕੌਮ ਦੇ ਇਤਿਹਾਸ ਦੇ ਉੱਤੇ ਬੜਾ ਵੱਡਾ ਪ੍ਰਸ਼ਨ ਚਿੰਨ ਲੱਗ ਜਾਣਾ ਸੀ ਕਿ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੀ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ,
ਜੀ ਮੌਕੇ ਦੀਆਂ ਹਕੂਮਤਾਂ ਨੇ ਜਦੋਂ ਜ਼ੁਲਮ ਕੀਤਾ, ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਜੀ ਔਰ ਜਿਸ ਤਰੀਕੇ ਨਾਲ ਬੂਟਾਂ ਸਮੇਤ ਔਰ ਦਰਿੰਦਗੀ ਦਾ ਸਬੂਤ ਦਿੰਦਾ ਹੋਇਆ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਬਖਸ਼ਿਆ ਨਹੀਂ, ਜੀ ਤੇ ਉਹ ਜਿਹੜੇ ਜ਼ਾਲਮ ਜੁਰਮਾਨੇ ਸਨ, ਜੀ ਜੇਕਰ ਉਹਨਾਂ ਨੂੰ ਸਜ਼ਾ ਨਾ ਦਿੰਦੇ, ਚਾਹੇ ਉਹ ਇੰਦਰਾ ਗਾਂਧੀ ਸੀ ਚਾਹੇ ਜਨਰਲ ਵਿਦਿਆ ਸੀ, ਤਾਂ ਅਸੀਂ ਇਤਿਹਾਸ ਦੇ ਵਿੱਚ ਬਹੁਤ ਪਿੱਛੇ ਚਲੇ ਜਾਣਾ ਸੀ। ਜੀ ਤੇ ਜੀ ਉਹ ਵਿਰੋਧੀ ਲੋਕ ਜਿਹੜੇ ਕਦੇ ਵੀ ਕੋਈ ਵੀ ਮੌਕਾ ਨਹੀਂ ਪਾਉਂਦੇ, ਜਿਹੜੇ ਸਾਨੂੰ ਲਲਕਾਰਦੇ ਰਹਿੰਦੇ ਆ ਔਰ ਸਵਾਲ ਕਰਦੇ ਰਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਿਆ। ਇਹ ਤਾਂ ਜੀ ਤੁਸੀਂ ਸ਼ਾਇਦ ਪੁਰਾਣੀਆਂ ਗੱਲਾਂ ਦੱਸ ਰਹੇ ਹੋ, ਲੇਕਿਨ ਪੁਰਾਣੀਆਂ ਗੱਲਾਂ ਨੂੰ ਇਤਿਹਾਸ ਦੇ ਪੰਨਿਆਂ ਦੇ ਉੱਤੇ ਆਪਣੇ ਖੂਨ ਨਾਲ ਸਿਰਜ ਕੇ ਸਿੰਝ ਕੇ ਜਿਸ ਤਰੀਕੇ ਦੇ ਨਾਲ ਭਾਈ ਜਿੰਨਾ ਸੁੱਖਾ ਔਰ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਤੇ ਹੋਰ ਅਨੇਕਾਂ ਮਰਜੀਵੜਿਆਂ ਨੇ ਜਿਹੜੀਆਂ ਕੁਰਬਾਨੀਆਂ ਦਾ ਇੱਕ ਇਤਿਹਾਸ ਰਚਿਆ ਹੈ, ਉਸੇ ਕਰਕੇ ਅਸੀਂ ਫਖਰ ਮਹਿਸੂਸ ਕਰ ਰਹੇ ਹਾਂ। ਸੋ ਅੱਜ ਜਦੋਂ ਅਕਾਲ ਤਖ਼ਤ ਸਾਹਿਬ ਤੇ ਝੰਡਾ ਪੁੱਗਾ ਜਿਹੜਾ ਸਥਾਨ ਹੈ, ਦੋ ਮੀਰੀ ਤੇ ਪੀਰੀ ਦੇ ਜਿਹੜੇ ਨਿਸ਼ਾਨ ਸਾਹਿਬ ਨੇ, ਉਹਨਾਂ ਦੇ ਨਜ਼ਦੀਕ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ, ਤੇ ਜਿਹੜੇ ਸ਼ਬਦ ਵਰਤੇ ਜਾ ਰਹੇ ਸੀ ਉਹ ਇੰਨੇ ਸਿਜਾ ਨੂੰ ਇੱਕ ਤਸੱਲੀ ਦੇਣ ਵਾਲੇ ਸ਼ਬਦ ਸਨ ਕਿ ਸਿੱਖ ਕੌਮ ਦੇ ਅੰਦਰ ਜਿਹੜਾ ਜਜ਼ਬਾ ਹੈ, ਜਿਹੜਾ ਕੁਰਬਾਨੀਆਂ ਦਾ ਇੱਕ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਵੱਡਾ ਮਾਣ ਬਖਸ਼ਿਆ ਹੋਇਆ ਹੈ, ਉਹ ਸਾਨੂੰ ਹਮੇਸ਼ਾ ਸੇਧ ਦਿੰਦਾ ਰਹੇਗਾ। ਤੇ ਮੈਂ ਕਿਉਂਕਿ ਗਦਲੀ ਦੇ ਸਮਾਗਮ ਦੇ ਵਿੱਚ ਨਹੀਂ ਜਾ ਸਕਿਆ, ਲੇਕਿਨ ਮੈਂ ਸੁਣ ਰਿਹਾ ਸੀ ਸਿੱਖ ਚੈਨਲ ਤੋਂ ਹੀ, ਤੇ ਥੋੜੀ ਦੇਰ ਪਹਿਲਾਂ ਭਾਈ ਮਨਧੀਰ ਸਿੰਘ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਾਈ ਦਲਜੀਤ ਸਿੰਘ ਬਿੱਟੂ ਦੇ ਨਜ਼ਦੀਕੀ ਸਾਥੀ ਰਹੇ ਨੇ, ਉਹ ਬੋਲ ਰਹੇ ਸੀ, ਉਹਨਾਂ ਨੇ ਬੜੀ ਵਧੀਆ ਗੱਲ ਕਹੀ ਜਿਹੜੀ ਕਿ ਮੈਨੂੰ ਮਹਿਸੂਸ ਹੋਇਆ ਕਿ ਸਾਡੇ ਸਾਰਿਆਂ ਲਈ ਉਹ ਜਿਹੜੀ ਗੱਲ ਹੈ ਉਹ ਬੜੀ ਅਹਿਮੀਅਤ ਰੱਖਦੀ ਹੈ। ਉਹ ਗੱਲ ਕਰ ਰਹੇ ਸੀ ਕਿ ਕਿਸੇ ਗਿੱਦੜ ਤੇ ਗਿੱਦੜੀ ਦੀ ਉਹਨਾਂ ਨੇ ਗੱਲ ਸੁਣਾ ਰਹੇ ਸੀ ਕਿ ਗਿੱਦੜ ਜਿਹੜਾ ਸੀ ਉਹ ਆਪਣੇ ਪੁਰਖਿਆਂ ਦੀਆਂ ਗੱਲਾਂ ਕਰ ਕਰਕੇ ਕਿ ਸਾਡੇ ਪੁਰਖੇ ਜਿਹੜੇ ਸੀ ਉਹ ਬੜੀਆਂ ਕੁਰਬਾਨੀਆਂ ਕਰਦੇ ਸੀ, ਬਹੁਤ ਕੁਝ ਕਰਦੇ ਸੀ, ਤੇ ਉਹ ਹਵਾਗਦਾ ਸੀ, ਤੇ ਇੱਕ ਸਮਾਂ ਇਹੋ ਜਿਹਾ ਆਇਆ ਕਿ ਜਦੋਂ ਸ਼ੇਰ ਸ਼ਿਕਾਰ ਕਰਨ ਆਇਆ ਤਾਂ ਉਹ ਘਰ ਦੇ ਵਿੱਚੋਂ ਦੌੜ ਗਿਆ। ਅੱਜ ਸਾਡੇ ਵਿੱਚ ਬਹੁ ਗਿਣਤੀ ਜਿਹੜੀ ਹਾਲਾਤ ਨੇ, ਉਹਨੇ ਭਾਈ ਮਨਧੀਰ ਸਿੰਘ ਨੇ ਜਿਹੜੀ ਮੇਨ ਗੱਲ ਕਰਨ ਦੀ ਦੱਸੀ ਸੀ ਕਿ ਸਿੱਖੀ ਸਰੂਪ ਦੇ ਵਿੱਚ ਪਰਣਾਏ ਹੋਏ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨਜ਼ਰ ਆਉਂਦੇ ਨੇ ਜਿਹੜੇ ਸਿੱਖੀ ਨੂੰ ਹੀ ਦਾਗਦਾਰ ਕਰ ਰਹੇ ਨੇ ਔਰ ਇਤਿਹਾਸ ਦੇ ਉੱਤੇ ਪ੍ਰਸ਼ਨ ਚਿੰਨ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ। ਇਹ ਉਹੋ ਹੀ ਗਿੱਦੜਾਂ ਵਰਗੇ ਨੇ ਜਿਹੜੇ ਪ੍ਰਾਤਮ ਇਤਿਹਾਸ ਦੀਆਂ ਗੱਲਾਂ ਤਾਂ ਕਰਦੇ ਨੇ ਲੇਕਿਨ ਆਪ ਕੁਝ ਕਰਨਾ ਨਹੀਂ ਚਾਹੁੰਦੇ। ਤੇ ਮੈਂ ਮਹਿਸੂਸ ਕਰਦਾ ਕਿ ਜਿੰਨਾ ਜਿੰਨਾ ਸਾਡਾ ਯੋਗਦਾਨ ਹੈਗਾ ਸਾਰਿਆਂ ਦਾ, ਜਿੱਥੇ ਜਿੱਥੇ ਵੀ ਜੋ ਹੈਗਾ ਉਹ ਸਾਨੂੰ ਸ਼ੇਰ ਬਣ ਕੇ, ਕਿਉਂਕਿ ਅਸੀਂ ਸ਼ੇਰਾਂ ਦੀ ਕੌਮ ਆ, ਤੇ ਸਾਨੂੰ ਸ਼ੇਰ ਬਣ ਕੇ ਉਹ ਆਪਣਾ ਮੌਜੂਦਾ ਇਤਿਹਾਸ ਵੀ ਸੰਭਾਲਣਾ ਤੇ ਉਹਦੇ ਵਿੱਚ ਕੁਰਬਾਨੀ ਦਾ ਜਿਹੜਾ ਜਜ਼ਬਾ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਜੋ ਸਾਡੇ ਵੀਰਾਂ ਨੇ ਸ਼ਹਾਦਤ ਦਾ ਜਾਮ ਪੀ ਕੇ ਸਾਨੂੰ ਇੱਕ ਗੁੜ੍ਹਤੀ ਦਿੱਤੀ ਹੈ ਉਹਨੂੰ ਅੱਗੇ ਨਿਰੰਤਰ ਜਾਰੀ ਰੱਖਣਾ ਚਾਹੀਦਾ। ਸੋ ਜਿਸ ਤਰ੍ਹਾਂ ਪੀਰ ਮੁਹੰਮਦ ਸਾਹਿਬ ਜੀ ਨੇ ਦੱਸਿਆ ਪਿਆਰੇ ਦਰਸ਼ਕੋ ਕਿ ਇਹ ਕੌਮ ਹੀ ਸ਼ੇਰਾਂ ਦੀ ਆ, ਕਿਉਂਕਿ ਸਿੰਘ ਦਾ ਜਿਹੜਾ ਵਾ ਉਹ ਮਤਲਬ ਹੀ ਸ਼ੇਰ ਆ, ਅਤੇ ਸਿੰਘਣੀ ਦਾ ਮਤਲਬ ਆ, ਕੌਰ ਦਾ ਮਤਲਬ ਆ ਸਿੰਘਣੀ, ਸਾਨੂੰ ਬਾਜ ਵਾਲਿਆਂ ਨੇ ਸ਼ੇਰ ਬਣਾਇਆ। ਅਤੇ ਪੀਰ ਮੁਹੰਮਦ ਸਾਹਿਬ ਜੀ ਅੱਜ ਦੇ ਦਿਨ 12 ਵਜੇ ਜਦੋਂ ਉਹਨਾਂ ਨੂੰ ਫਾਂਸੀ ਹੋਈ ਤਾਂ ਉਹਨਾਂ ਵੀਰਾਂ ਨੇ ਕਿਹਾ ਕਿ ਘੋੜੀਆਂ ਗਾਓ, ਉਹ ਐਡੀਆਂ ਭੈਣਾਂ ਗਾਈਆਂ, ਉਹਨਾਂ ਕਿਹਾ ਵਾਹ ਗੁੰਦਣਾਈਆਂ, ਕਿਹਾ ਉਹਨਾਂ ਕਿਹਾ ਵਿਆਹ ਦੇ ਉੱਤੇ ਘੋੜੀਆਂ ਗਾਈਆਂ ਜਾਂਦੀਆਂ, ਘੋੜੀਆਂ ਗਾਓ। ਜਦੋਂ ਰਾਤੀ ਮੈਂ ਵੀ ਸਿੱਖ ਚੈਨਲ ਤੋਂ ਜਿਹੜਾ ਸੁੱਖਾ ਉਹਦੇ ਮਾਪਿਆਂ ਦੀ ਮਾਂ ਅਤੇ ਪਿਓ ਦੀ ਇੰਟਰਵਿਊ ਸੁਣ ਰਿਹਾ, ਮਾਂ ਕਹਿੰਦੀ ਆ ਮੈਂ ਉੱਥੇ ਹਾਂ, ਅਤੇ ਉਹ ਕਹਿੰਦਾ ਵਿਆਹ ਦੀ ਖੁਸ਼ੀ 'ਚ ਮਾਤਾ ਗੀਤ ਗਾਉਂਦੇ ਆ, ਗੀਤ ਗਾਓ, ਘੋੜੀਆਂ ਗਾਓ। ਅਤੇ ਜਦੋਂ ਉਹ ਖੁਸ਼ੀ ਦੇ ਗੀਤ ਗਾ ਰਹੀਆਂ ਸੀ ਅਤੇ ਜਿਹੜੀਆਂ ਜੇਲਰਾਂ ਸੀ ਉੱਥੇ, ਉਹ ਕਹਿੰਦੀਆਂ ਕਿਹੋ ਜਿਹੀ ਕੌਮ ਆ, ਕਿਹੋ ਜਿਹੀ ਬਣਾਈ ਆ, ਮੌਤ ਤੋਂ ਡਰ ਨਹੀਂ ਆਉਣ ਡਿਆ, ਥੋੜ੍ਹੇ ਮਿੰਟਾਂ ਨੂੰ ਫਾਂਸੀ ਹੋ ਜਾਣੀ ਆ। ਅਤੇ ਉਹ ਕਹਿੰਦੇ ਆ ਮੂੰਹ ਮਿੱਠਾ ਕਰਾਉਣਾ, ਅਤੇ ਇਹ ਸਾਰਾ ਜਿਹੜਾ ਉੱਥੇ ਜੇਲ੍ਹ ਦਾ ਜੋ ਵੀ ਵਾਪਰਿਆ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਕਿੱਦਾਂ ਉਹਨਾਂ ਦਾ ਵੇਟ ਵੱਧਦਾ ਸੀ ਖੁਸ਼ੀ ਦੇ ਵਿੱਚ। ਜੀ
देखो जी, साडे माता जी, माता गुरनाम कौर जी, जी भाई जिंदा दे माता जी, और भैन बलविंदर कौर जी, उन्हां दे नाल बहुत नेड़े दी संगत करन दा मैनूं मौका मिलिया है। जदों जदों वी उन्हां दे कोल जांदे सां ते इंज अपनत महसूस हुंदी सी, ते मैं उन्हां नूं इहो ही कहिंदा सी, माता जी कोई दसो वीर दी कोई कहानी, उह जिहड़ी उन्हां ने इक इतिहास रचिया है उह सारी गल दसो। जी तां उह कोई एडा वड्डा इतिहास सिरज गए ने, जी और इस पद्धर दियां उन्हां दियां जिहड़ियां जो वार्तावां होईयां ने, जिवें तुसीं दस्सिया ही है, जी भाई सुखा दी माता जी ने दस्सिया कि तीन लड़कियां जिहड़ियां सन जी उह जदों उत्थे नजर आईयां तां उन्हां नूं उन्हां ने कहा कि इन्हां भैणां नूं वी तुसीं कुझ सगन दिओ, और नाल उन्हां ने कहा कि मठियाई जिहड़ी है उह तुसीं बना के सारी संगत दे विच, जां जिहड़े वी इत्थे लोक हैगे ने जेल दे अंदर ते बाहर, उन्हां दे विच तुसीं वंडनी है। और जी जिस चढ़दी कला दे नाल उन्हां ने फांसी दे फंदे दे उपर शहादत दा जाम पीता, उह अज इक विलखण तुसीं देखो उन्हां दे चेहरे गदगद करदे होए, अज सानूं इक्को ही सवाल साडे सामणे आ कि भाई तुसीं क्यों लड़ रहे हो, तुसीं क्यों झगड़ रहे हो, क्यों तुसीं बुजदलां वांग आपस विच उलझ रहे जे, तुहाडी कौम दा जिहड़ा सरमाया है उह तुहाडी अक्खां दे सामणे लुट्टिया जा रिहा है, तुहाडी कौम दा जिहड़ा इक एडा वड्डा इतिहास है उस नूं अज खोरा लाउण दियां कोशिशां कीतियां जा रहियां है, उह कम्म ना होण दिओ। तुसीं शेरां दी कौम हो, शेरां वांग तुसीं कदे वी घा नहीं खाणा, तुसीं हमेशा अपना शिकार करना है। उह शिकार कहदा है कि असीं अपनी किरत करो, नाम जपो, वंड छको दा इतिहास जिहड़ा साडे पहले पातशाह गुरु नानक देव जी ने सानूं बख्शिश कीता है, जिहड़ा 550 साला प्रकाश पुरब मना रहे हां, उस मौके दे उत्ते असीं अपने हत्थी किरत करके चढ़दी कला दा जीवन बतीत करदे होए, एक दूजे नूं गलवकड़ियां दे विच लै के, एक दूसरे नूं प्यार दी नजर दे नाल देख के, एक दूजे दा सत्कार करके, ते नौजवान जिहड़े साडे वीर ने ਉਹ ਵੱਡਿਆਂ ਦਾ ਸਤਿਕਾਰ ਕਰਨ, ਛੋਟਿਆਂ ਨੂੰ ਪਿਆਰ ਕਰਨ, ਤੇ ਇਹ ਇੱਕ ਅੱਜ ਦੇ ਸਮੇਂ ਦੇ ਉੱਤੇ ਬਹੁਤ ਵੱਡਾ ਸੁਨੇਹਾ ਹੈ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ ਦਾ, ਕਿ ਜਿਨ੍ਹਾਂ ਦੇ ਉੱਤੇ ਜਿੰਨਾ ਵੀ ਅਸੀਂ ਮਾਣ ਕਰ ਸਕੀਏ ਓਨਾ ਹੀ ਥੋੜਾ ਹੈ ਉਹਨਾਂ ਪਰਿਵਾਰਾਂ ਦਾ ਔਰ ਉਹਨਾਂ ਸਮੁੱਚੇ ਮਰਜੀਵੜਿਆਂ ਦਾ, ਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੜਾ ਹਲੀਮੀ ਰਾਜ ਪੈਦਾ ਕਰਨ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ, ਆਪਣੀ ਸ਼ਹਾਦਤ ਦਿੱਤੀ, ਉਸ ਦੇ ਵਿੱਚ ਸਾਡਾ ਕੀ ਯੋਗਦਾਨ ਹੋ ਸਕਦਾ ਹੈ, ਅਸੀਂ ਕਿੰਨੀ ਸੱਚੀ ਸੁੱਚੀ ਬਿਰਤੀ ਦੇ ਨਾਲ ਉਹਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਹ ਪਾਉਣ ਲਈ ਸਾਨੂੰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਬਾਣੀ ਸਿਮਰਨ ਦੀ ਰੋਸ਼ਨੀ ਦੇ ਵਿੱਚ ਜੋ ਵੀ ਕੁਝ ਚੰਗਾ ਕਰ ਸਕਦੇ ਹਾਂ, ਜਿੰਨਾ ਕਰ ਸਕਦੇ ਹਾਂ, ਉਹ ਕਰਨ ਦੀ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਇਸ ਮੌਕੇ ਤੇ ਆਪਣੇ ਛੋਟੇ ਵੀਰ ਉਹ ਜੱਜ ਵੀ ਭਾਵੁਕ ਹੋ ਗਿਆ, ਉਹਦੀਆਂ ਅੱਖਾਂ ਤੋਂ ਵੀ ਅੱਥਰੂ ਆ ਗਏ ਜਿਹਨੇ ਇਹ ਫੈਸਲਾ ਸੁਣਾਇਆ ਫਾਂਸੀ ਦਾ, ਅਤੇ ਉਹ ਜੱਜ ਬਾਰੇ ਵੀ ਕੀ ਕਹਿਣਾ ਚਾਹੋਗੇ? ਉਹਨੇ ਫੋਟੋ ਵੀ ਆਉਂਦੇ ਸਾਹਮਣੇ ਦੇਖੋ, ਉਹ ਰੱਖੀਆਂ। ਜੱਜ ਸਾਹਿਬ, ਉਸ ਜੱਜ ਸਾਹਿਬ ਨੇ ਆਪਣੀ ਡਰਾਇੰਗ ਰੂਮ ਦੇ ਵਿੱਚ ਵੀ ਫੋਟੋਆਂ ਲਾ ਲਈਆਂ ਭਾਈ ਜਿੰਦਾ ਤੇ ਭਾਈ ਸੁੱਖਾ ਦੀਆਂ, ਔਰ ਜਦੋਂ ਪਹਿਲਾਂ ਤਰੀਕਾਂ ਤੇ ਜਾਂਦੇ ਹੁੰਦੇ ਸੀ, ਜਦੋਂ ਇਹ ਬਹਿਸ ਚੱਲ ਰਹੀ ਸੀ ਕਿ ਤੁਹਾਨੂੰ ਸਜ਼ਾ ਜਿਹੜੀ ਦੇਣੀ ਹੈ, ਤੇ ਜੱਜ ਦੀ ਕੋਸ਼ਿਸ਼ ਸੀ ਕਿ ਮੈਂ ਸਜ਼ਾ ਨਾ ਦਿਆਂ, ਇਹ ਅਕਬਾਲੀਆ ਜੁਰਮ ਜਿਹੜਾ ਇੰਡੀਅਨ ਪੈਨਲ ਜਿਹੜਾ IPS ਦੀ ਧਾਰਾ 302 ਤਹਿਤ ਹੈ, ਉਸ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਮੁਨਕਰ ਹੋ ਜਾਣ, ਨਾ ਮੰਨਣ ਕਿ ਅਸੀਂ ਇਹ ਕੰਮ ਨਹੀਂ ਕੀਤਾ, ਤਾਂ ਕੋਈ ਰਾਹ ਵਿੱਚ ਵਿਚਾਲੇ ਵਾਲਾ ਕੱਢ ਕੇ, ਤੇ ਮੈਂ ਇਹਨਾਂ ਨੂੰ ਇਹ ਨੌਜਵਾਨ ਹੀਰਿਆਂ ਦੀਆਂ ਜਾਨਾਂ ਜਿਹੜੀਆਂ ਇਹ ਨਾ ਜਿਹੜੀਆਂ ਫਾਂਸੀ ਦੇ ਫੰਦੇ ਤੱਕ ਪਹੁੰਚਣ, ਤਾਂ ਉੱਥੇ ਭਾਈ ਜਿੰਦਾ ਤੇ ਭਾਈ ਸੁੱਖਾ ਨੇ ਗੱਲ ਕਹੀ, ਜੱਜ ਸਾਹਿਬ ਅਸੀਂ ਤਾਂ ਰਾਸ਼ਟਰਪਤੀ ਨੂੰ ਵੀ ਚਿੱਠੀਆਂ ਲਿਖ ਦਿੱਤੀਆਂ, ਅਸੀਂ ਤਾਂ ਦੁਨੀਆਂ ਦੇ ਵਿੱਚ ਇਹ ਗੱਲ ਕਹਿ ਸਕੇ ਹਾਂ ਕਿ ਸਾਡੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੇ ਜਿਹੜਾ ਜਰਨਲ ਵੈਦਿਆ ਸੀ, ਇਹਦੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਇਹ ਚੰਗਾ ਹੋ ਸਕਦਾ ਸੀ ਆਪਦੀ ਜ਼ਿੰਦਗੀ ਦੇ ਵਿੱਚ, ਲੇਕਿਨ ਇਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਅਗਵਾਈ ਕਰਕੇ ਜੋ ਜਖਮ ਸਾਨੂੰ ਦਿੱਤੇ ਆ, ਉਸ ਦਾ ਬਦਲਾ ਲੈਣ ਵਾਸਤੇ ਅਸੀਂ ਸ਼ਹਾਦਤ ਜਿਹੜੀ ਸਾਡੇ ਵਾਸਤੇ ਬੜੀ ਛੋਟੀ ਚੀਜ਼ ਹੈ, ਅਸੀਂ ਇਹ
ਇਸ ਨੂੰ ਸੋਧਾ ਲਾਇਆ, ਇਸ ਕਰਕੇ ਸਾਨੂੰ ਜਿਹੜੀ ਵੀ ਤੁਸੀਂ ਸਜ਼ਾ ਦੇਵੋਗੇ ਅਸੀਂ ਕਬੂਲਾਂਗੇ। ਔਰ ਆਪਣੇ ਛੋਟੇ ਵੀਰ ਕੇ ਉਹਨਾਂ ਨੇ ਇਹ ਵੀ ਇੱਕ ਕਿਹਾ ਸੀ ਰਾਤੀ ਸੁੱਖੇ ਦੀ ਮਾਤਾ ਦੱਸ ਰਹੀ ਜਿਹੜੀ ਮੌਜੂਦ ਸੀ ਉੱਥੇ ਕਿ ਸਾਡਾ ਕੌਮ ਨੂੰ ਸੁਨੇਹਾ ਦਿਓ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ। ਆਪਾਂ ਗੱਲਾਂ ਤਾਂ ਬੜੀਆਂ ਕਰੀ ਜਾਂਦੇ ਹਾਂ, ਪ੍ਰੋਗਰਾਮ ਕਰੀ ਜਾਂਦੇ ਹਾਂ, ਇਕੱਠਾ ਕੋਈ ਨਹੀਂ ਹੋ ਰਿਹਾ। ਇਹਦੇ ਬਾਰੇ ਉਹਨਾਂ ਦਾ ਮੈਸੇਜ ਜਿਹੜਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਮੈਂ ਤਾਂ ਜੀ ਬੇਨਤੀ ਕਰਨੀ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ, ਜੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ, ਏਡੀ ਵੱਡੀ ਕੁਰਬਾਨੀ ਕਰਨ ਜੋਗੇ ਨਹੀਂ ਹੈਗੇ, ਘੱਟੋ ਘੱਟ ਇੰਨੀ ਕੁਰਬਾਨੀ ਤਾਂ ਕਰ ਹੀ ਸਕਦੇ ਹਾਂ ਕਿ ਇੱਕ ਦੂਜੇ ਪ੍ਰਤੀ ਨਫ਼ਰਤ, ਬੇਲੋੜੀ ਨਫ਼ਰਤ, ਕਿ ਜੋ ਅਸੀਂ ਇੱਕ ਦੂਜੇ ਨੂੰ ਬੇਵਿਸ਼ਵਾਸੀ ਦੇ ਮਾਹੌਲ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਉਹ ਜਿਹੜਾ ਰਸਤਾ ਹੈ ਉਹਨੂੰ ਸਾਫ਼ ਕਰਕੇ ਔਰ ਉਸ ਦੇ ਵਿੱਚ ਆਪਣਾ ਆਪਣਾ ਯੋਗਦਾਨ ਚੰਗੇ ਢੰਗ ਨਾਲ ਪਾਉਂਦਿਆਂ ਹੋਇਆਂ ਭਾਈ ਜਿੰਦਾ ਤੇ ਭਾਈ ਸੁੱਖਾ ਦੀਆਂ ਉਹ ਜਿਹੜੀਆਂ ਚਿੱਠੀਆਂ ਨੇ, ਜਿਹੜੀਆਂ ਕਿ ਮੈਂ ਸਮਝਦਾ ਕਿ ਵੰਗਾਰ ਮੈਗਜ਼ੀਨ ਵਾਲੇ ਜਿਹੜੇ ਆ ਭਾਈ ਬਲਜੀਤ ਸਿੰਘ ਤੇ ਬੀਬੀ ਸੰਦੀਪ ਕੌਰ, ਉਹਨਾਂ ਨੇ ਉਹ ਜੇਲ੍ਹ ਚਿੱਠੀਆਂ ਜਿਹੜੀਆਂ ਨੇ ਮੁਫ਼ਤ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਵੰਡਣ ਦਾ ਫੈਸਲਾ ਵੀ ਕੀਤਾ ਤੇ ਅੱਜ ਸ਼ਾਇਦ ਉੱਥੇ ਉਹ ਵੰਡ ਵੀ ਰਹੇ ਨੇ। ਤਾਂ ਉਹ ਜਿਹੜੀਆਂ ਸਾਨੂੰ ਜੇਲ੍ਹ ਚਿੱਠੀਆਂ ਹਰੇਕ ਉਸ ਵੀਰ ਭੈਣ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ, ਵਿਚਾਰਨੀਆਂ ਚਾਹੀਦੀਆਂ ਤੇ ਸਾਨੂੰ ਸੋਝੀ ਆਵੇਗੀ ਕਿ ਸਾਡੀ ਕੌਮ ਦੇ ਇਹਨਾਂ ਮਰਜੀਵੜਿਆਂ ਨੇ ਫਾਂਸੀ ਦੇ ਫੰਦੇ ਤੇ ਚੜ੍ਹਨ ਤੋਂ ਪਹਿਲਾਂ ਕੌਮ ਦੇ ਨਾਮ ਜਿਹੜਾ ਸੰਦੇਸ਼ ਜਾਰੀ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਇਹੋ ਗੱਲ ਕਹੀ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਤੇ ਅਸੀਂ ਆਪਣੀਆਂ ਦੁਬਧਾ ਜਿਹੜੀਆਂ ਨੇ ਉਹਨਾਂ ਨੂੰ ਪਾਸੇ ਰੱਖ ਕੇ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਗੁਰਬਾਣੀ ਦੇ ਰਾਹੀਂ ਹੁਕਮ ਕੀਤਾ ਹੈ, ਅਸੀਂ ਇਕੱਠੇ ਹੋ ਕੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਇੱਕ ਦੂਸਰੇ ਦੇ ਪੂਰਵਕ ਬਣ ਕੇ ਪੰਥ ਪ੍ਰਸਤੀ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਪਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਵਾਸਤੇ ਨਸ਼ਿਆਂ ਤੋਂ ਰਹਿਤ ਹੋ ਕੇ ਸਾਡੀ ਨੌਜਵਾਨ ਪੀੜ੍ਹੀ, ਖਾਸ ਕਰਕੇ ਸਿੱਖ ਨੌਜਵਾਨ, ਉਹਨਾਂ ਨੂੰ ਆਪਣਾ ਭਵਿੱਖ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚੋਂ ਲੱਭਣਾ ਚਾਹੀਦਾ, ਸਿਮਰਨ ਦੇ ਵਿੱਚੋਂ ਲੱਭਣਾ ਚਾਹੀਦਾ ਹੈ, ਔਰ ਉਹਨਾਂ ਨੂੰ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਆ ਹੈ, ਸਿੱਖੀ ਬਖਸ਼ੀ ਹੈ, ਉਹਦੇ ਉੱਤੇ ਮਾਣ ਕਰਨਾ ਚਾਹੀਦਾ, ਕੌਰ ਤੇ ਸਿੰਘ ਨਾਂ ਵਾਲੇ ਸ਼ਬਦ ਦੇ ਜਿਹੜੀ ਕਦਰ ਕਰਨੀ ਚਾਹੀਦੀ ਹੈ, ਔਰ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਅਸੀਂ ਸਿੱਖ ਘਰਾਣਿਆਂ ਚ ਪੈਦਾ ਹੋ ਕੇ ਅਸੀਂ ਸਿੱਖੀ ਪ੍ਰਤੀ ਸਮਰਪਿਤ ਹੋ ਸਕੀਏ। ਇਸ ਤਰ੍ਹਾਂ ਦਾ ਜਿਹੜਾ ਸੰਦੇਸ਼ ਹੈ ਭਾਈ ਜਿੰਦਾ ਤੇ ਸੁੱਖਾ ਦੇ 27ਵੇਂ ਜਿਹੜਾ ਸ਼ਹੀਦੀ ਦਿਹਾੜੇ ਮੌਕੇ ਅੱਜ ਕੌਮ ਨੂੰ ਆਪਣੇ ਮਨ ਮੰਦਿਰ ਦੇ ਵਿੱਚ ਉਲੀਕ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜੀ ਇੱਕ ਸਾਂਝੀ ਅਰਦਾਸ ਕਰਨੀ ਚਾਹੀਦੀ ਹੈ, ਤੇ ਇਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਦੇ ਚੱਲਣ ਦਾ ਸਾਨੂੰ ਦ੍ਰਿੜ ਸੰਕਲਪ ਲੈਣਾ ਚਾਹੀਦਾ। ਦੂਸਰਾ ਆਪਣੇ ਜਿਹੜੇ ਕੈਦੀਆਂ ਦੀ ਗੱਲ ਚੱਲ ਰਹੀ ਆ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਆਪਾਂ 505ਵਾਂ ਜਿਹੜਾ ਵਾ ਉਹ ਪੀਰ ਮੁਹੰਮਦ ਸਾਹਿਬ ਜੀ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਅਤੇ ਅਖਬਾਰਾਂ ਜਿਹੜੀਆਂ ਭਰ ਜਾਂਦੀਆਂ, ਲੋਕਾਂ ਦੀਆਂ ਵੀ ਨਜ਼ਰਾਂ ਜਿਹੜੇ ਆ ਸਿਆਸੀ ਲੋਕ ਵੀ ਛੋਲੇ ਛੱਡ ਰਹੇ ਆ ਕਿ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਦਾ, ਕਰਨਾ ਚਾਹੀਦਾ, ਪਰ ਕੋਈ ਫਿਗਰ ਨਹੀਂ ਆ ਰਿਹਾ ਕਿਹਨਾਂ ਨੂੰ ਛੱਡਿਆ ਜਾ ਰਿਹਾ, ਕਿਹਨਾਂ ਦੀ ਸੂਚੀ ਜਿਹੜੀ ਆ ਖਤਮ ਕੀਤੀ ਜਾ ਰਹੀ ਆ, ਅਤੇ ਕਿਤੇ ਗੌਰਮੈਂਟਾਂ ਵੀ ਸਾਡਾ ਜਿਹੜਾ ਉਹ ਵੇਂਹਦੀਆਂ ਨਹੀਂ ਗਾ ਕਿ ਇਹਨਾਂ ਦੀ ਜਿਹੜੀ ਆ ਕੀ ਜਿਹੜੀ ਆ ਵਤੀਰਾ ਕੀ ਆ, ਕਿਉਂ ਨਹੀਂ ਆਪਾਂ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਦਾ ਜੇ 505ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਅਤੇ ਚਾਹੇ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਇਸਾਈ ਆ, ਜਿਨ੍ਹਾਂ ਆਨਾ ਜਿਹੜੇ ਨਾਬਾਲਗ ਫੜੇ ਗਏ ਸੀ ਅਨਦਾੜੀਏ, ਉਹਨਾਂ ਦੀਆਂ ਕਾਲੀਆਂ ਦਾੜੀਆਂ ਕੀ ਚਿੱਟੀਆਂ ਕੀ ਹੋ ਗਈਆਂ, ਉਹਨਾਂ ਬੁੱਢੇ ਹੋ ਗਏ ਆ, ਇੰਨੀਆਂ ਇੰਨੀਆਂ ਸਜ਼ਾਵਾਂ ਪਿਆਰੇ ਦਰਸ਼ਕੋ ਉਹਨਾਂ ਨੇ ਭੁਗਤ ਲਈਆਂ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਮਾਪੇ ਆਪਣੇ ਪੁੱਤ ਜੇਲ੍ਹ ਬੈਠਿਆਂ ਦੀ ਡੀ ਦੇ ਵਿੱਚ ਜਿਹੜੇ ਆ ਉਹ ਮਰ ਮੁੱਕ ਗਏ ਆ, ਉਹਨਾਂ ਦੀਆਂ ਧੀਆਂ ਪੁੱਤ ਵੀ ਡੀਕਣ ਡਏ ਆ, ਅਤੇ ਜੇ ਗੁਰੂ ਨਾਨਕ ਸਾਹਿਬ ਦਾ 505ਵਾਂ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਛੱਡਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਛਡਾਇਆ 52 ਰਾਜਿਆਂ ਨੂੰ, ਉਹਨਾਂ ਦੀ ਔਲਾਦ ਅੱਜ ਕੱਲ੍ਹ ਰਾਜ ਕਰਨ ਡਈ ਆ, ਅਤੇ ਗੁਰੂ ਨਾਨਕ ਦੇ ਪ੍ਰਕਾਸ਼ ਜਿਹੜੇ ਖੁਸ਼ੀ ਦੇ ਵਿੱਚ ਕਿਉਂ ਨਹੀਂ ਸਾਰਿਆਂ ਨੂੰ ਛੱਡਿਆ ਜਾਂਦਾ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ? ਕੀ ਇਹ ਡਰਾਮਾ ਕੀ ਹੋ ਰਿਹਾ ਨਿੱਤ ਦਿਨ ਜੀ? ਦੇਖੋ ਜੀ, ਮੈਨੂੰ ਅਕਸਰ ਹੀ ਰੋਜ਼ਾਨਾ ਜਿਹੜਾ ਵੱਖ ਵੱਖ ਟੀਵੀ ਚੈਨਲਾਂ ਦੇ ਉੱਤੇ ਡਿਬੇਟ ਕਰਨ ਦਾ ਮੌਕਾ ਮਿਲਦਾ ਹੈ, ਤਾਂ ਉੱਥੇ ਇੱਕ ਸਵਾਲ ਸਾਡੇ ਸਾਹਮਣੇ ਆ ਤੇ ਅਕਸਰ ਹੀ ਮੈਨੂੰ ਕਰਦੇ ਆ ਕਿ ਕਰਨੈਲ ਸਿੰਘ ਪੀਰ ਮੁਹੰਮਦ ਤੁਸੀਂ ਇਸ ਗੱਲ ਨੂੰ ਕਿਵੇਂ ਲੈ ਰਹੇ ਹੋ, ਇਹ ਜਿਹੜੀਆਂ ਸਜ਼ਾਵਾਂ ਜਿਹੜੀਆਂ ਮਾਫ਼ ਕੀਤੀਆਂ ਜਾ ਰਹੀਆਂ, ਕਾਲੀਆਂ ਸੂਚੀਆਂ ਜਿਹੜੀਆਂ ਖਤਮ ਕੀਤੀਆਂ ਜਾ ਰਹੀਆਂ, ਤੇ ਮੈਂ ਮਹਿਸੂਸ ਕਰਦਾ ਕਿ ਇਹ ਕੋਈ ਸਾਨੂੰ ਇਹ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਜਾਂ ਸਾਡੇ ਲਈ ਕੋਈ ਕੋਈ ਰਾਹਤ ਵਾਲੀ ਗੱਲ ਨਹੀਂ, ਇਹ ਸਾਡਾ ਜੋ ਕਾਨੂੰਨ ਦੇ ਮੁਤਾਬਕ ਇੰਡੀਆ ਦਾ ਕਾਨੂੰਨ ਜਿਹੜਾ ਹੈ
ਉਹਨੇ ਜਿਹੜੀਆਂ ਆਪਦੇ ਢੰਗ ਤਰੀਕੇ ਵਰਤ ਕੇ ਜੋ ਵੀ ਉਹਨਾਂ ਨੇ ਸਜਾਵਾਂ ਦਿੱਤੀਆਂ ਸੀ ਉਹ ਸਾਡੀਆਂ ਸਜਾਵਾਂ ਜਿਹੜੇ ਸਿੰਘ ਪੂਰੀਆਂ ਕਰ ਚੁੱਕੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਰੱਖਣਾ ਇਹ ਅਣਮਨੁੱਖੀ ਵਰਤਾਓ ਜਿਹੜਾ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਇੰਡੀਆ ਦੇ ਅੰਦਰ ਚੱਲ ਰਿਹਾ ਉਸ ਬਾਰੇ ਮੌਕੇ ਦੀ ਹਕੂਮਤ ਨੂੰ ਸੋਚਣਾ ਚਾਹੀਦਾ ਜਿਹੜੀ ਜਦੋਂ ਗੱਲ ਕਰਦੇ ਅੰਗਰੇਜ਼ਾਂ ਦੀ ਜਾਂ ਜਦੋਂ ਗੱਲ ਕਰਦੇ ਇੰਦਰਾ ਗਾਂਧੀ ਦੀ ਕਿ ਉਹਨਾਂ ਨੇ ਐਮਰਜੈਂਸੀ ਲਾਈ ਤੇ ਅਣਐਲਾਨੀ ਐਮਰਜੈਂਸੀ ਦੇ ਵਿੱਚ ਆਹ ਕੁਝ ਕਰ ਦਿੱਤਾ ਜਾਂ ਹਿੰਦ ਜਿਹੜੀ ਅੰਗਰੇਜ਼ ਹਕੂਮਤ ਹੈ ਉਹ ਸਾਡੇ ਭਾਰਤੀਆਂ ਦੇ ਉੱਤੇ ਇੰਜ ਕਰਦੀ ਰਹੀ ਤੇ ਤੁਸੀਂ ਅੱਜ ਕੀ ਕਰ ਰਹੇ ਹੋ ਤੁਸੀਂ ਜਿਹੜੇ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਸਿੱਖ ਨੇ ਜਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਔਰ ਉਹਨਾਂ ਦੀਆਂ ਤੁਸੀਂ ਕਾਲੀਆਂ ਸੂਚੀਆਂ ਬਣਾ ਕੇ ਬਲੈਕਮੇਲ ਕਰਨ ਦੀ ਜਿਹੜੀ ਨੀਤੀ ਅਖਤਿਆਰ ਕੀਤੀ ਹੋਈ ਹੈ ਜਦੋਂ ਤੱਕ ਉਹਨੂੰ ਇਹ ਵਾਪਸ ਨਹੀਂ ਲੈਂਦੇ ਉਦੋਂ ਤੱਕ ਅਸੀਂ ਨਹੀਂ ਸਮਝ ਸਕਦੇ ਕਿ ਇਹ ਕਿਸੇ ਤਰ੍ਹਾਂ ਦਾ ਅਸੀਂ ਇਹਨਾਂ ਦਾ ਸਵਾਗਤ ਕਰੀਏ ਕਿਉਂਕਿ ਜਿੰਨੀਆਂ ਵੀ ਮੈਂ ਡਿਬੇਟਾਂ ਦੇ ਉੱਤੇ ਗਿਆ ਮੈਂ ਸਾਰਿਆਂ ਨੂੰ ਇੱਕੋ ਹੀ ਸਵਾਲ ਕੀਤਾ ਕਿ ਤੁਸੀਂ ਬੜੇ ਸ਼ਲਾਘਾਯੋਗ ਉਪਰਾਲੇ ਦੀ ਗੱਲ ਕਰ ਰਹੇ ਹੋ ਪਰ ਸ਼ਲਾਘਾਯੋਗ ਉਪਰਾਲੇ ਦੇ ਵਿੱਚ ਉਹ ਸਿੱਖ ਨੌਜਵਾਨ ਕਿਹੜੇ ਨੇ ਜਿਹਨਾਂ ਨੂੰ ਤੁਸੀਂ ਰਿਹਾਅ ਕਰ ਰਹੇ ਹੋ ਉਹ ਸਿੱਖ ਨੌਜਵਾਨ ਕਿਹੜੇ ਨੇ ਜਿਹਨਾਂ ਨੂੰ ਤੁਸੀਂ ਵਿਦੇਸ਼ਾਂ ਦੇ ਵਿੱਚੋਂ ਕਾਲੀਆਂ ਸੂਚੀਆਂ 212 ਦਾ ਤੁਸੀਂ ਨਾਮ ਦੇ ਰਹੇ ਹੋ ਟੋਟਲ 214 ਤੁਸੀਂ ਕਹਿ ਰਹੇ ਹੋ ਕਿ ਉਹ ਕਿੱਥੇ ਨੇ ਜਿਹਨਾਂ ਦਾ ਤੁਸੀਂ ਇਹ ਸੂਚੀ ਦੇ ਵਿੱਚੋਂ ਤੁਸੀਂ ਨਾਮ ਕੱਢੇ ਆ ਸੋ ਅਜੇ ਤੱਕ ਉਹ ਕਿਸੇ ਕੋਈ ਨੋਟੀਫਿਕੇਸ਼ਨ ਸਾਹਮਣੇ ਨਹੀਂ ਆਇਆ ਜਿਸ ਦਿਨ ਆਵੇਗਾ ਉਸ ਦਿਨ ਅਸੀਂ ਉਸ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਫਿਰ ਉਹਦੇ ਉੱਤੇ ਆਪਣਾ ਪ੍ਰਤੀਕਰਮ ਵੀ ਜ਼ਰੂਰ ਦੇਵਾਂਗੇ ਪੀਰ ਮੁਹੰਮਦ ਸਾਹਿਬ ਜੀ ਆਪਾਂ ਗੱਲ ਕਰੀਏ ਕਿ ਜਿਹੜਾ ਆਪਣੇ ਜਿਹੜੀ ਕੌਮ ਆ ਇਹਨੂੰ ਥੋੜ੍ਹਾ ਜਿਹਾ ਪੜ੍ਹਾਈ ਸਟੱਡੀ ਵੱਲ ਵੀ ਖਿਆਲ ਦੇਣਾ ਚਾਹੀਦਾ ਵਾ ਵੇਖੋ ਕਿ ਯਹੂਦੀ ਕੌਮ ਜਿਹੜੀ ਆ ਕਿੱਡੀ ਕੁ ਕੌਮ ਆ ਪਰ ਉਹਦਾ ਜਿਹੜਾ ਕੌਮ ਆ ਛੋਟੀ ਆ ਪਰ ਪੜ੍ਹਾਈ ਦੇ ਵਿੱਚ ਐਡਾ ਮਾਰਕਾ ਮਾਰ ਰਿਹਾ ਉਹਨੇ ਪਿਆਰੇ ਦਰਸ਼ਕੋ ਮੈਂ ਵਰਲਡ ਦੀ ਗੱਲ ਕਰ ਰਿਹਾ ਸਾਇੰਸ ਦੇ ਵਿੱਚ ਫਾਈਨੈਂਸ ਦੇ ਵਿੱਚ ਵਰਲਡ ਦੀਆਂ ਬੈਂਕਾਂ ਦੇ ਵਿੱਚ ਉਹ ਅੱਗੇ ਆ ਇੱਥੋਂ ਤੱਕ ਕਿ ਯਹੂਦੀ ਜਿਹੜੇ ਆ ਉਹ ਯੂਕੇ ਦੇ ਵਿੱਚ ਜਿਹੜੇ ਆ MP 19 ਉਹਨਾਂ ਦੀ ਗਿਣਤੀ ਆ 19 ਅਤੇ ਹਾਊਸ ਆਫ ਲਾਰਡ ਦੇ ਵਿੱਚ ਉਹ 50 ਦੇ ਲਗਭਗ ਜਿਹੜੇ ਆ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਅਤੇ ਅਮਰੀਕਾ ਦੇ ਵਿੱਚ ਵੀ ਉਹ ਜਿਹੜਾ ਵਾ ਤਕਰੀਬਨ 26-30 ਦੇ ਲਗਭਗ ਕੰਮ ਕਰ ਰਹੇ ਆ ਸਾਨੂੰ ਹਰ ਇੱਕ ਕੁਰਕਸ਼ੇਤਰ ਦੇ ਵਿੱਚ ਹਰ ਇੱਕ ਜਿਹੜਾ ਵਾ ਭਾਗ ਦੇ ਵਿੱਚ ਹਰ ਇੱਕ ਦੇ ਵਿੱਚ ਸਾਨੂੰ ਭਾਗ ਲੈਣਾ ਚਾਹੀਦਾ ਵਾ ਤਾਂ ਕਿ ਅਸੀਂ ਇਸ ਸਿਸਟਮ ਦੇ ਵਿੱਚ ਰਹਿੰਦੇ ਹੋਏ ਆਪਣੀਆਂ ਮੰਗਾਂ ਜਿਹੜੀਆਂ ਵਾ ਉਹ ਮਨਵਾ ਸਕੀਏ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਗੁਰੂ ਨਾਨਕ ਜਗ੍ਹਾ ਜਗ੍ਹਾ 'ਤੇ ਜਾ ਕੇ ਗਏ ਅਤੇ ਉੱਥੇ ਜਾ ਕੇ ਉਹਨਾਂ ਨੇ ਉਹਦੀਆਂ ਬੁਰਿਆਈਆਂ ਖਤਮ ਕੀਤੀਆਂ ਜੀ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਕੌਮ ਦੇ ਵਿੱਚ ਸਿੱਖ ਕੌਮ ਦੇ ਅੰਦਰ ਪੰਜਾਬੀਆਂ ਦੇ ਅੰਦਰ ਬਹੁਤ ਵੱਡੇ ਵੱਡੇ ਚੰਗੀ ਸੋਚ ਵਾਲੇ ਲੋਕ ਬੈਠੇ ਨੇ ਜਿਨ੍ਹਾਂ ਦੇ ਦਿਮਾਗ ਇੰਨੇ ਜ਼ਿਆਦਾ ਕਾਬਲ ਨੇ ਕਿ ਹਰੇਕ ਖੇਤਰ ਦੇ ਵਿੱਚ ਉਹ ਅੱਗੇ ਨੇ ਚਾਹੇ ਉਹ ਟੈਕਨੋਲੋਜੀ ਦਾ ਯੁੱਗ ਹੋਵੇ ਚਾਹੇ ਉਹ ਸਾਇੰਸ ਦਾ ਤੇ ਚਾਹੇ ਅੱਜ ਆਰਥਿਕ ਖੇਤਰ ਦੀ ਗੱਲ ਕਰ ਲਈਏ ਸਮਾਜਿਕ ਖੇਤਰ ਦੀ ਗੱਲ ਕਰ ਲਈਏ ਧਾਰਮਿਕ ਖੇਤਰ ਦੀ ਗੱਲ ਕਰ ਲਈਏ ਹਰੇਕ ਖੇਤਰ ਦੇ ਵਿੱਚ ਵਿਦਿਅਕ ਖੇਤਰ ਦੇ ਵਿੱਚ ਜਿਹੜੇ ਸਾਡੇ ਮਾਹਰ ਨੇ ਉਹ ਬਹੁਤ ਅੱਗੇ ਜਾ ਰਹੇ ਨੇ ਪਰ ਉਸ ਦੇ ਵਿੱਚ ਇੱਕੋ ਹੀ ਗੱਲ ਇਹ ਆ ਕਿ ਸਾਨੂੰ ਜਿਹੜਾ ਜਿੱਥੋਂ ਸੋਝੀ ਮਿਲਣੀ ਹੈ ਜਿੱਥੋਂ ਅਸੀਂ ਆਪਣੇ ਆਪ ਦਾ ਪ੍ਰਗਟਾਵਾ ਦੁਨੀਆਂ ਦੇ ਸਾਹਮਣੇ ਕਰਨਾ ਤੇ ਇੱਕ ਵਿਲੱਖਣਤਾ ਦਾ ਜਿਹੜਾ ਝੰਡਾ ਗੱਡਣਾ ਉਹ ਹੈਗਾ ਸਿੱਖੀ ਸਰੂਪ ਤੇ ਸਿੱਖੀ ਸੋਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਓਟ ਆਸਰਾ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਸਾਡੇ ਨਾਲ ਨਾਲ ਇੱਕ ਵਿਦਿਅਕ ਖੇਤਰ ਦੇ ਵਿੱਚ ਦੁਨਿਆਵੀ ਵਿਦਿਆ ਦੇ ਨਾਲ ਨਾਲ ਚੱਲਣਗੀਆਂ ਤਾਂ ਅਸੀਂ ਹਰੇਕ ਖੇਤਰ ਦੇ ਵਿੱਚ ਅੱਗੇ ਵੱਧਦੇ ਨਜ਼ਰ ਆਵਾਂਗੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਇੱਥੇ ਪੰਜਾਬ ਦੇ ਅੰਦਰ ਇੱਕ ਇਸ ਤਰ੍ਹਾਂ ਦੀ ਪ੍ਰਵਿਰਤੀ ਬਣਾਈ ਗਈ ਹੈ ਨਸ਼ਿਆਂ ਦਾ ਰੁਝਾਨ ਜਾਂ ਪਤਤ ਪੁਣੇ ਦਾ ਰੁਝਾਨ ਕਿ ਸਿੱਖੀ ਸਰੂਪ ਤੋਂ ਬੇਮੁੱਖ ਹੋ ਰਹੇ ਬੱਚੇ ਤਾਂ ਇਹ ਆਪਣੇ ਆਪ ਦੇ ਵਿੱਚ ਪਦਾਰਥਵਾਦੀ ਯੁੱਗ ਦਾ ਜਿਹੜਾ ਇੱਕ ਮਾਰੂ ਪ੍ਰਭਾਵ ਸੀ ਉਹ ਸਿੱਧੇ ਰੂਪ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਸਾਜਿਸ਼ ਤਹਿਤ ਸਾਨੂੰ ਦਿੱਤਾ ਗਿਆ ਸੋ ਉਸ ਦੇ ਲਈ ਹਰੇਕ ਜਿਹੜੇ ਖੇਤਰ ਦੇ ਵਿੱਚ ਵਿਚਰ ਰਹੇ ਚਾਹੇ ਉਹ ਪੰਜਾਬ ਦੀ ਸਰਜਮੀਨ ਹੈ ਜਾਂ ਵਿਦੇਸ਼ਾਂ ਦੀ ਧਰਤੀ ਹੈ ਮਾਪਿਆਂ ਨੂੰ ਚਾਹੀਦਾ ਉਹ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਦੇ ਨਾਲ ਜੋੜਨ ਔਰ ਜਿਹੜੇ ਪ੍ਰਚਾਰਕ ਨੇ ਉਹ ਵਾਦ ਵਿਵਾਦ ਵਾਲੇ ਵਿਸ਼ਿਆਂ ਨੂੰ ਬੰਦ ਕਰਕੇ
ਇਹਨਾਂ ਮਹਾਨ ਯੋਧਿਆਂ ਭਾਈ ਜਿੰਦਾ ਭਾਈ ਸੁੱਖਾ ਦੀਆਂ ਕੁਰਬਾਨੀਆਂ ਦੀ ਰੋਸ਼ਨੀ ਦੇ ਵਿੱਚ ਗੱਲ ਕਰਨ ਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਗੱਲ ਕਰਨ ਤੇ ਮੈਂ ਸਮਝਣਾ ਸਾਰੇ ਬਖੇੜੇ ਦੂਰ ਹੋ ਸਕਦੇ ਆ ਤੇ ਸਾਡੇ ਅੰਦਰ ਕੁਰਬਾਨੀ ਦਾ ਜਜ਼ਬਾ ਸਾਡੇ ਅੰਦਰ ਪੰਥ ਪ੍ਰਸਤੀ ਦੀ ਸੋਚ ਆਪਣੇ ਆਪ ਭਾਰੂ ਨਜ਼ਰ ਆਵੇਗੀ। ਸੋ ਪਿਆਰੇ ਦਰਸ਼ਕੋ, ਆਪਾਂ ਨੂੰ ਜਿਹੜਾ ਵਾ ਐਜੂਕੇਸ਼ਨ ਦੇ ਵਿੱਚ ਵੀ ਮਾਰ ਕੇ ਮਾਰਨੇ ਚਾਹੀਦੇ ਆ। ਇਨਫੋਰਮੇਸ਼ਨ ਦੇ ਵਿੱਚ ਵਰਲਡ 'ਚ ਸਭ ਤੋਂ ਮਹਿੰਗੀ ਚੀਜ਼ ਆ ਇਨਫੋਰਮੇਸ਼ਨ, ਅਤੇ ਤਾਂ ਹੀ ਆਪਾਂ ਨੂੰ ਪਤਾ ਹੋਊਗਾ ਜੇ ਸਾਡੇ ਕੋਲ ਐਜੂਕੇਸ਼ਨ ਹੋਊਗੀ। ਵੇਖੋ, ਯਹੂਦੀ ਕਿੱਥੋਂ ਤਾਈਂ ਮਾਰਾਂ ਮਾਰੀਆਂ। ਜੇ ਆਪਾਂ ਸਿਸਟਮ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਸਿਸਟਮ ਦੇ ਵਿੱਚ ਆਉਣਾ ਪਊਗਾ। ਸਿਸਟਮ ਦੇ ਵਿੱਚ ਤਾਂ ਹੀ ਆ ਸਕਦੇ ਹਾਂ। ਜਿੱਦਾਂ ਆਪਾਂ ਪੜ੍ਹਾਈ ਕਰੀਏ, ਹੁਣ 543 ਸੀਟਾਂ ਦੇ ਵਿੱਚੋਂ ਆਪਾਂ ਹਿਸਾਬ ਲਾ ਲਓ ਕਿੰਨੇ ਕੁ ਸਿੱਖ ਆਪਾਂ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਪਹੁੰਚੇ ਹਾਂ, ਅਤੇ ਕਿੰਨੀ ਕੁ ਸਾਡੀ ਆਵਾਜ਼ ਹੋਊਗੀ। ਜ਼ਿਆਦਾ ਹੋਵਾਂਗੇ ਤਾਂ ਜ਼ਿਆਦਾ ਆਵਾਜ਼ ਜਿਹੜੀ ਆ ਆਪਣੀ ਆਸ ਹੋਊਗੀ। ਸੋ ਆਪਾਂ ਆਪਣੇ ਬੱਚਿਆਂ ਨੂੰ ਜਿੱਥੇ ਧਾਰਮਿਕ ਵਿੱਦਿਆ ਬਹੁਤ ਜ਼ਰੂਰੀ ਆ, ਉਹਦੇ ਨਾਲ ਦੁਨਿਆਵੀ ਵਿੱਦਿਆ ਵੀ ਆਪਾਂ ਨੂੰ ਜਿਹੜੀ ਆ ਦੇਣੀ ਜਿਹੜੀ ਆ ਬੜੀ ਜ਼ਰੂਰੀ ਆਪਣੀ ਜਿਹੜੀ ਆ ਬਣਦੀ ਆ। ਅਤੇ ਆਪਾਂ ਗੱਲ ਕਰ ਰਹੇ ਹਾਂ ਫਾਂਸੀ ਦੀ, ਅੱਜ 12 ਵਜੇ ਫਾਂਸੀ ਹੋਈ ਸੀ ਜਿੰਦੇ ਅਤੇ ਸੁੱਖੇ ਨੂੰ, ਅਤੇ ਅਖੀਰ ਦੇ ਵਿੱਚ ਪੀਰ ਮੁਹੰਮਦ ਸਾਹਿਬ ਜੀ ਬਲਵੰਤ ਸਿੰਘ ਰਾਜੂ ਹੋਣਾ ਦੀ ਫਾਂਸੀ ਦੀ ਗੱਲ ਕਰੀਏ, ਇਹਦਾ ਵੀ ਕਦੀ ਫਾਂਸੀ ਅਤੇ ਕਦੀ ਫਾਂਸੀ ਤੋਂ ਉਮਰ ਕੈਦ, ਰੋਜ਼ ਰੋਜ਼ ਦੇ ਮਰਨ ਦੇ ਨਾਲੋਂ ਜਿਹੜਾ ਵਾ ਉਹ ਰਾਜੂ ਹੋਣਾ ਕਹਿੰਦਾ ਮੈਨੂੰ ਫਾਂਸੀ ਮਨਜ਼ੂਰ ਹੈ। ਅਤੇ ਕੀ ਇਹ ਵੀ ਕੀ ਡਰਾਮਾ ਹੋ ਰਿਹਾ ਵਾ, ਕੀ ਸਿਆਸਤ ਹੋ ਰਹੀ ਹੈ ਜੀ? ਦੇਖੋ ਜੀ, ਚਾਹੇ ਰਾਜੋਆਣਾ ਦੀ ਗੱਲ ਕਰ ਲਈਏ, ਚਾਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰ ਲਈਏ, ਜਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਕਰ ਲਈਏ, ਜਿਸ ਵਕਤ ਇਹਨਾਂ ਨੇ ਕੁਰਬਾਨੀ ਦਿੱਤੀ ਏ, ਇਹ ਬਹੁਤ ਆਪਣੇ ਆਪ ਦੇ ਵਿੱਚ ਇੱਕ ਲਾ ਮਿਸਾਲ ਏ ਜੀ। ਵਕਤ ਦੇ ਹਾਲਾਤਾਂ ਦੇ ਮੁਤਾਬਕ ਜਾਂ ਅੰਦਰੋਂ ਜੇ ਕੀ ਪ੍ਰਭਾਵ ਗ੍ਰਹਿਣ ਕੀਤਾ, ਕੁਝ ਗੱਲਾਂ ਦੇ ਵਿੱਚ ਸਾਡੇ ਜਿਹੜੇ ਮਹਾਨ ਸੂਰਬੀਰ ਯੋਧੇ ਨੇ ਉਹ ਅੱਜ ਪੋਲਿਟਿਕਸ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਈਆਂ ਦੇ ਉੱਤੇ ਜਿਹੜਾ ਮਾਰੂ ਅਸਰ ਪੈ ਰਿਹਾ, ਉਹ ਆਪਣੇ ਆਪ ਵਿੱਚ ਮੈਂ ਸਮਝਣਾ ਕਿ ਸਾਡੇ ਲਈ ਬੜਾ ਨੁਕਸਾਨਦੇਹ ਆ। ਸੋ ਇੱਕ ਦੂਸਰੇ ਦੀ, ਮੈਂ ਜਿਵੇਂ ਪਹਿਲਾਂ ਵੀ ਵਾਰ ਵਾਰ ਗੱਲ ਕਹੀ ਹੈ ਕਿ ਸਾਰੇ ਹੀ ਕੌਮ ਦੇ ਜਿਹਨਾਂ ਨੇ ਵੀ ਕੁਰਬਾਨੀ ਕੀਤੀ, ਥੋੜੀ ਕੀਤੀ ਜ਼ਿਆਦਾ ਕੀਤੀ ਹੈ, ਜਿਹਨਾਂ ਨੇ ਵੀ ਕੀਤੀ, ਕੌਮ ਨੇ ਹਮੇਸ਼ਾ ਉਹਨਾਂ ਦਾ ਅਦਬ ਸਤਿਕਾਰ ਜਿਹੜਾ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਤੇ ਇੱਥੋਂ ਤੱਕ ਕਿ ਭਾਈ ਰਾਜੋਵਾਲਾ ਦੀ ਫਾਂਸੀ ਨੂੰ ਰੋਕਣ ਵਾਸਤੇ ਇੱਕ ਜਾਨ ਜਿਹੜੀ ਸਭ ਤੋਂ ਕੀਮਤੀ ਜਾਨ ਸੀ, ਭਾਈ ਜਸਪਾਲ ਸਿੰਘ ਹੁਣ ਸਿੱਧਵਾਂ ਜਿਹੜਾ ਮਾਪਿਆਂ ਦਾ ਇਕਲੌਤਾ ਪੁੱਤ ਸੀ, ਉਹਨੇ ਆਪਣੀ ਜਾਨ ਦੀ ਆਹੂਤੀ ਦੇ ਕੇ ਜਿਹੜੀ ਭਾਈ ਰਾਜੋਵਾਲਾ ਦੀ ਫਾਂਸੀ ਵਾਲੇ ਦਿਨ ਇੱਕ ਸਾਰਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਸੀ। ਘਰਾਂ ਦੇ ਉੱਤੇ ਕੇਸਰੀ ਨਿਸ਼ਾਨ ਝੁੱਲੇ, ਤੇ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਉਹਨਾਂ ਦੇ ਅੱਜ ਪਰਿਵਾਰਕ ਮੈਂਬਰ ਨੇ, ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਕਿਸੇ ਇੱਕ ਸਿੱਖ ਦੀ ਨਹੀਂ, ਪੂਰੀ ਕੌਮ ਦੀ ਗੱਲ ਹੋਣੀ ਚਾਹੀਦੀ ਹੈ ਔਰ ਸਾਰੇ ਬੰਦੀ ਸਿੰਘਾਂ ਦੀ ਗੱਲ ਹੋਣੀ ਚਾਹੀਦੀ ਹੈ। ਸੋ ਜੇਕਰ ਸਰਕਾਰ ਕੋਈ ਫੈਸਲਾ ਲਵੇਗੀ ਤਾਂ ਉਸ ਵਕਤ ਉਹਦਾ ਪ੍ਰਤੀਕਰਮ ਜ਼ਰੂਰ ਦੇਵਾਂਗੇ, ਪਰ ਅੱਜ ਜਿਹੜੀ ਇਹਦਾ ਗੱਲਾਂ ਨੂੰ ਲੈ ਕੇ ਇੱਕ ਪਾਸੜ ਰਾਜਨੀਤੀ ਚਲਾਈ ਜਾ ਰਹੀ ਹੈ ਕਿ ਪਿਕ ਐਂਡ ਚੂਜ ਦੀ ਜਿਹੜੀ ਗੱਲ ਹੋ ਰਹੀ ਹੈ ਕਿ ਭਾਈ ਰਾਜੋਵਾਲਾ ਨੂੰ ਤਾਂ ਕੁਰਬਾਨੀ ਦਾ ਪ੍ਰਸਤ ਦੱਸਣਾ ਅਕਾਲੀ ਦਲ ਬਾਦਲ ਵੱਲੋਂ, ਤੇ ਭਾਈ ਹਵਾਰਾ ਨੂੰ ਅੱਤਵਾਦੀ ਦੱਸਣਾ, ਇਹ ਆਪਣੇ ਆਪ ਵਿੱਚ ਸ਼ਰਮਨਾਕ ਗੱਲਾਂ ਨੇ। ਜੇ ਕੁਰਬਾਨੀ ਹੈ ਤਾਂ ਦੋਵਾਂ ਦੀ ਹੈ, ਤੇ ਜੇਕਰ ਉਹ ਕਿਸੇ ਸਾਡੇ ਵਿਰੋਧੀ ਆਪਣੇ ਢੰਗ ਨਾਲ ਸੋਚਦੇ ਆ ਤਾਂ ਉਹਨਾਂ ਨੇ ਸਾਰਿਆਂ ਬਾਰੇ ਇੱਕੋ ਜਿਹਾ ਹੀ ਸੋਚਣਾ। ਸੋ ਸਾਨੂੰ ਕਿਸੇ ਦੇ ਕੋਲੋਂ ਭੀਖ ਦੀ ਲੋੜ ਨਹੀਂ, ਇਹ ਫਰਜ਼ ਨੇ। ਮੌਕੇ ਦੀਆਂ ਜਿਹੜੇ ਹੁੰਦੇ ਆ ਰਾਜਸੀ ਕੈਦੀ ਹੁੰਦੇ ਨੇ ਜਾਂ ਜਿਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ, ਉਹਨਾਂ ਪ੍ਰਤੀ ਸਰਕਾਰਾਂ ਦੇ ਨਜ਼ਰੀਏ ਸਮੇਂ ਸਮੇਂ ਬਦਲਦੇ ਵੀ ਰਹੇ ਨੇ ਔਰ ਟੇਬਲ ਟਾਕ ਵੀ ਹੁੰਦੀ ਰਹੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਕੋਈ ਫੈਸਲਾ ਹੋਵੇਗਾ ਉਹਦੇ ਤੇ ਉਹੋ ਜਿਹਾ ਪ੍ਰਤੀਕਰਮ ਜ਼ਰੂਰ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਆਉਂਦਾ ਰਹੇਗਾ। ਆਪਣੇ ਛੋਟੇ ਵੀਰ ਜੀ, ਮੈਂ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ ਕਿ ਅੱਜ ਤੁਸੀਂ ਖੁਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਵੀਰ ਸੁੱਖਾ ਦੇ ਇਹ ਜਿਹੜਾ 27ਵੀਂ ਬਰਸੀ ਅੰਮ੍ਰਿਤਸਰ ਅਕਾਲ ਤਖ਼ਤ ਦੇ ਭੋਗ, ਉਹਦੇ ਵਿੱਚ ਸ਼ਾਮਿਲ ਅਤੇ ਕਿੰਨੀਆਂ ਸੰਗਤਾਂ ਉੱਥੇ ਆਈਆਂ? ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚੀਆਂ ਸਨ। ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜਿਹੜੇ ਅਧਿਕਾਰੀ ਕਰਮਚਾਰੀ, ਉਹਨਾਂ ਦੇ ਵੀ ਲੋਕ ਜਿਹੜੇ ਕਾਫੀ ਵੱਡੀ ਗਿਣਤੀ ਚ, ਕਿਉਂਕਿ ਸਾਰੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਉਹ ਸਿੱਖਾਂ ਦੇ ਹੱਥ ਦੇ ਵਿੱਚ ਹੈ। ਸੋ ਉੱਥੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ। ਤੇ ਇਸੇ ਤਰ੍ਹਾਂ ਜਿਹੜੀਆਂ ਅਲੱਗ ਅਲੱਗ ਪੰਥਕ ਜਥੇਬੰਦੀਆਂ ਜਿਹਨਾਂ ਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਬਿੱਟੂ, ਇਸੇ ਤਰ੍ਹਾਂ ਭਾਈ ਮੋਹਕਮ ਸਿੰਘ
ਤੇ ਕਈ ਹੋਰ ਜਥੇਬੰਦੀਆਂ ਦੇ ਜਿਹੜੇ ਆਗੂ ਸਾਹਿਬਾਨ ਉਹ ਸਾਰੇ ਉੱਥੇ ਬੀਬੀ ਪ੍ਰੀਤਮ ਕੌਰ ਤੇ ਕਈ ਹੋਰ ਜਿਹੜੇ ਜਥੇਬੰਦੀਆਂ ਦੇ ਅਲੱਗ ਅਲੱਗ ਪੰਥਕ ਜਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਉੱਥੇ ਪਹੁੰਚੇ ਹੋਏ ਸੀ। ਸੋ ਮੈਂ ਇਹੋ ਹੀ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ, ਲੇਕਿਨ ਪੂਰਾ ਸਾਡਾ ਗੁਰੂ ਹੈ ਤੇ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਸੀਸ ਨਵਾ ਕੇ ਇੱਕ ਦੂਸਰੇ ਦੀਆਂ ਕਮੀਆਂ ਨੂੰ ਨਾ ਚਿਤਾਰਦੇ ਹੋਏ ਜਿਨ੍ਹਾਂ ਦੇ ਕੋਲ ਜਿੰਨੇ ਕੁ ਗੁਣ ਹੈਗੇ ਨੇ ਉਹ ਸਾਰੇ ਇਕੱਠੇ ਕਰਕੇ ਤੇ ਅਸੀਂ ਆਪਣੀ ਕੌਮ ਦੇ ਭਲੇ ਵਾਸਤੇ ਉਹਨਾਂ ਗੁਣਾਂ ਨੂੰ ਵਰਤ ਸਕਦੇ ਹਾਂ। ਨੁਕਤਾਚੀਨੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈਗੀ ਤੇ ਜੇ ਅਸੀਂ ਚੰਗੀ ਸੋਚ ਰੱਖਾਂਗੇ ਤਾਂ ਅਸੀਂ ਅੱਗੇ ਵੱਧ ਸਕਦੇ ਹਾਂ। ਪੀਰ ਮੰਮ ਸਾਹਿਬ ਜੀ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਤੇ ਸਿੱਖ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹਮੇਸ਼ਾ ਹੱਕ ਸੱਚ ਤੇ ਨਿਆਂ ਵਾਸਤੇ ਤੁਸੀਂ ਸੱਤ ਸਮੁੰਦਰੋਂ ਪਾਰ ਵੀ ਆਵਾਜ਼ ਉਠਾਈ ਹੈ ਔਰ ਤੁਹਾਡੇ ਪ੍ਰਤੀ ਨੇ ਦੇਤੇ ਵੀ ਰਾਤ ਦਿਨ ਆਪਣੇ ਹਰਿੰਦਰ ਸਿੰਘ ਗਿੱਲ ਹੋਰੀ ਤੇ ਹੋਰ ਸਾਰੇ ਬਹੁਤ ਵਧੀਆ ਚੜ੍ਹਦੀ ਕਲਾ ਨਾਲ ਕਾਰਜ ਕਰ ਰਹੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਹ ਸਨ ਪੀਰ ਮੁਹੰਮਦ ਜਿਨ੍ਹਾਂ ਨੇ ਬੜੀ ਸੁਚੱਜੇ ਢੰਗ ਦੇ ਨਾਲ ਜਿਹੜੀ ਆ ਉਹ ਜਾਣਕਾਰੀ ਦਿੱਤੀ। ਅਖੀਰ ਦੇ ਵਿੱਚ ਮੈਂ ਇਹ ਕਹੂੰਗਾ, ਉਹ ਕੌਣ ਜਾਣਦਾ ਭਲਕ ਨੂੰ ਕੀ ਹੋਣਾ, ਚਿੰਤਾ ਭਲਕਦੀ ਕਰਨ ਦਾ ਕੀ ਫਾਇਦਾ, ਉਹ ਬੀਤੇ ਵੇਲੇ ਨੂੰ ਭੁੱਲਣਾ ਠੀਕ ਹੁੰਦਾ, ਹੋਕੇ ਬੀਤੇ ਲਈ ਭਰਨ ਦਾ ਕੀ ਫਾਇਦਾ, ਬੰਦਾ ਮਰੇ ਅਤੇ ਜਿੰਦੇ ਸੁੱਖੇ ਦੀ ਮੌਤ ਮਰ ਜੇ, ਉਹ ਰੁਲ ਰੁਲ ਕੇ ਮਰਨ ਦਾ ਕੀ ਫਾਇਦਾ। ਪਿਆਰੇ ਦਰਸ਼ਕੋ, ਆਪਾਂ ਨੂੰ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਜਿਹੜਾ ਵਾ ਉਹ ਚੱਲਣਾ ਚਾਹੀਦਾ ਵਾ, ਤਾਂ ਕਿ ਆਪਾਂ ਜਿਹੜਾ ਸਾਡਾ ਇਤਿਹਾਸ ਆ ਇਸੇ ਤਰ੍ਹਾਂ ਉਹਦੇ ਜਿਹੜੇ ਆ ਪੱਤਰੇ ਆਪਾਂ ਜਾਣੂ ਕਰਾਈਏ, ਆਪ ਇਤਿਹਾਸ ਪੜ੍ਹੀਏ, ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਈਏ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਆਪਾਂ ਚੱਲੀਏ। ਸੋ ਪਿਆਰੇ ਦਰਸ਼ਕੋ, ਇਹ ਜਿਹੜਾ ਅੱਜ ਦਾ ਸ਼ੋ ਸਪੈਸ਼ਲ ਸ਼ੋ ਸੀਗਾ ਸ਼ਰਧਾਂਜਲੀ, ਸੁੱਖਾਂ 'ਤੇ ਜਿੰਦਾਂ ਨੂੰ ਸ਼ਹੀਦਾਂ ਨੂੰ ਪ੍ਰਣਾਮ ਹੈ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋਡੇ ਖੇਤ। ਸੋ ਸਮੂਹ ਸਾਧਸੰਗ ਜੀ, ਇਹ ਪ੍ਰੋਗਰਾਮ ਕਰਦਿਆਂ ਕੋਈ ਗਲਤੀ ਹੋਵੇ ਤਾਂ ਮਾਫ਼ ਕਰਨਾ, ਅਤੇ ਸਿੱਖ ਚੈਨਲ ਦੇ ਵੱਧ ਤੋਂ ਵੱਧ ਡਾਇਰੈਕਟ ਭਰੋ, ਵੱਧ ਤੋਂ ਵੱਧ ਸਪੋਰਟ ਕਰੋ। ਸਿੱਖ ਚੈਨਲ ਸਿੱਖਾਂ ਦੀ ਜਾਨ ਹੈ, ਸਿੱਖਾਂ ਦੀ ਸ਼ਾਨ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਆਓ ਇੱਥੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।